ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਲਾਲਾ ਧਨੀ ਰਾਮ ਚਾਤਰੀਕ ਦੀਵੀਆਂ ਕਵਿਤਾਵਾਂ ਬਾਰੇ ਪੇਪਰ 2 ਪੰਜਾਬੀ ਲਿਟਰੇਚਰ ਔਰ ਮੇਨਸ ਪੇਪਰ 2 ਵਿੱਚ ਸੈਕਸ਼ਨ B ਦੇ ਪੈਂਥੇ ਟੌਪਿਕ ਦੇ ਵਿੱਚ ਸਬ ਟੌਪਿਕ ਹੈ ਜੀ ਤੁਹਾਡਾ ਲਾਲਾ ਧਨੀ ਰਾਮ ਚਾਤਰੀਕ ਐਜ਼ ਅ ਪੋएट ਸਿੰਪਲੀ ਕਹਿ ਲਈਏ ਸੈਕਸ਼ਨ B ਵਿੱਚ ਇੱਕ ਪੋਇਟ ਹੈ ਜੀ ਤੁਹਾਡੇ ਸਿਲੇਬਸ ਵਿੱਚ ਲਾਲਾ ਧਨੀ ਰਾਮ ਚਾਤਰੀਕ ਇਹਨਾਂ ਉੱਤੇ ਸਬਜੈਕਟਿਵ ਕੁਐਸਚਨ ਵੀ ਆਉਣਾ ਪ੍ਰਸ਼ਨ ਵੀ ਆਉਣਾ ਤੇ ਤੁਹਾਡਾ ਜਿਹੜਾ ਪੰਜਵਾਂ ਪ੍ਰਸ਼ਨ ਆ ਉਸ ਦੇ ਵਿੱਚ ਇੱਕ ਕਾਵ ਟੋਟੇ ਦੀ ਵਿਆਖਿਆ ਵੀ ਪੁੱਛੀ ਜਾਣੀ ਆ ਪੁੱਛੀ ਵੀ ਜਾ ਸਕਦੀ ਆ ਨਹੀਂ ਵੀ ਪੁੱਛੀ ਜਾ ਸਕਦੀ ਪਰ ਇਹ ਆ ਕਿ ਜੇ ਪੁੱਛੀ ਗਈ ਤਾਂ ਤੁਹਾਨੂੰ ਨਾ ਉਹਦੀ ਵਿਆਖਿਆ 10 ਨੰਬਰ ਦੀ ਤੁਸੀਂ ਸਕਿਪ ਨਹੀਂ ਕਰ ਸਕਦੇ ਤੇ ਪੈਂਦਾ ਤਾਂ ਤੁਸੀਂ ਇਹ ਕਰਨਾ ਆ ਕਿ ਪੰਜਵੇਂ ਪ੍ਰਸ਼ਨ ਵਿੱਚ ਤੁਹਾਨੂੰ ਪਤਾ ਕਿ ਸੈਕਸ਼ਨ B ਵਿੱਚ ਤੁਹਾਡੇ ਦੋ ਪੁਆਇੰਟ ਆ ਇੱਕ ਹੈ ਸ਼ਾਹ ਮੁਹੰਮਦ ਇੱਕ ਹੈ ਧਨੀ ਰਾਮ ਚਾਤਰਿਕ ਤੇ ਜਿਹੜੇ ਤੁਹਾਨੂੰ ਪ੍ਰਸੰਗ ਸਾਹਿਤ ਵਿਆਖਿਆ ਪੁੱਛੀਆਂ ਗਈਆਂ ਹੋਣੀਆਂ ਉਹਦੇ ਵਿੱਚ ਜਿਹੜੀਆਂ ਦੋ ਕਵਿਤਾਵਾਂ ਫਾਰਮ ਹੋਣਗੀਆਂ ਨਾ ਉਹਦੇ ਵਿੱਚ ਤੁਸੀਂ ਸ਼ਾਹ ਮੁਹੰਮਦ ਤਾਂ ਪਛਾਣ ਲਓਗੇ ਵੀ ਇਹ ਜੰਗ ਦਾ ਹਾਲ ਬਿਆਨ ਹੋ ਰਿਹਾ ਤਾਂ ਜੋ ਬਚੀਆਂ ਕਵਿਤਾਵਾਂ ਹੋਣਗੀਆਂ ਤਾਂ ਉਹ ਕੀ ਹੋਊਗਾ ਲਾਲਾ ਧਨੀ ਰਾਮ ਚਾਤਰਿਕ ਦੀ ਕਵਿਤਾ ਮੇਨ ਗੱਲ ਇਹ ਕਿ ਤੁਹਾਨੂੰ ਕਵਿਤਾ ਦੀ ਪਛਾਣ ਕਰਨੀ ਔਖੀ ਹੋਣੀ ਆ ਵੀ ਤੋਂ ਉਹ ਜਿਹੜਾ ਕਾਵ ਟੋਟਾ ਜਾਂ ਹੋਰ ਆਪਣਾ ਜਿਹੜਾ ਗਦ ਵਾਰਤਕ ਦਾ ਟੋਟਾ ਜਾਂ ਜਾਂ ਕਥਨ ਕੋਈ ਇੱਕ ਦਾ ਪਹਿਰਾ ਦਿੱਤਾ ਹੋਏਗਾ ਉਹਦੀ ਪਛਾਣ ਕਰਨੀ ਕਰਨੀ ਤੁਹਾਡੇ ਲਈ ਔਖੀ ਹੋਣੀ ਆ ਪਰ ਕਿਉਂਕਿ ਤੁਹਾਨੂੰ ਪਤਾ ਕਿ ਤੁਹਾਡੇ ਸਿਰਫ ਦੋ ਕਵੀ ਆ ਸੈਕਸ਼ਨ 2 ਵਿੱਚ ਤੇ ਸ਼ਾਹ ਮੁਹੰਮਦ ਨੂੰ ਤੁਸੀਂ ਰੈਕੋਗਨਾਈਜ਼ ਕਰ ਸਕਦੇ ਆ ਤੇ ਉਹਨਾਂ ਤੋਂ ਇਲਾਵਾ ਜਿਹੜਾ ਕਵੀ ਹੋਏਗਾ ਨਾ ਉਹ ਤਾਂ ਹੀ ਨਾਮ ਚਾਤੇ ਰੱਖੀ ਹੈ ਸ਼ਾਇਦ ਤੁਸੀਂ ਕਵਿਤਾ ਦਾ ਹੈਡਿੰਗ ਨਾ ਯਾਦ ਰੱਖ ਪਾਓ ਤਾਂ ਜੇ ਯਾਦ ਰੱਖ ਲੋ ਤਾਂ ਚੰਗੀ ਗੱਲ ਆ ਜੇ ਨਹੀਂ ਯਾਦ ਰੱਖ ਪਾਓ ਤਾਂ ਘੱਟੋ ਘੱਟ ਲਿਖ ਦਿਓ ਇੱਕ ਆਪ ਟੋਟਾ ਲਾਲਾ ਧਨੀ RAM ਚਾਤਲਿਕ ਜੀ ਦਾ ਲਿਖਿਆ ਹੋਇਆ ਹੈ ਤਾਂ ਇਸ ਵਿੱਚ ਕਵੀ ਨੇ ਆਹਾਂ ਗੱਲ ਕੀਤੀ ਹੈ ਇੱਕ ਲਾਈਨ ਚ ਜੋ ਉਸ ਪੈਰੇ ਦਾ ਕਰੈਕਸ ਹੋਏਗਾ ਉਹ ਲਿਖ ਦਿਓ ਫਿਰ ਤੁਸੀਂ ਵਿਆਖਿਆ ਕਰ ਦਿਓ ਕਵਿਤਾ ਦੀਆਂ ਤੇ ਕਵਿਤਾ ਦੀਆਂ ਵਿਆਖਿਆ ਉਨੀਆਂ ਔਖੀਆਂ ਨਹੀਂ ਹੁੰਦੀਆਂ ਤੁਸੀਂ ਜਜਮੈਂਟ ਨਾ ਵੀ ਕਰ ਸਕਦੇ ਆ ਪਰ ਫਿਰ ਵੀ ਜਿਹੜਾ ਆਪਣਾ ਤਰੀਕਾ ਆ ਉਹ ਤਾਂ ਇਹ ਹੀ ਕੰਤਾ ਕਿ ਤੁਹਾਨੂੰ ਸਾਰੀਆਂ ਕਵਿਤਾਵਾਂ ਤੁਸੀ ਪੜੀਆਂ ਹੋਣੀਆਂ ਚਾਹੀਦੀਆਂ ਚੰਦਨਵਾੜੀ ਨਵਾਂ ਜਹਾਨ ਸੂਫੀ ਖਾਨਾ ਇਹ ਤਿੰਨ ਕਿਤਾਬਾਂ ਤੁਹਾਡੇ ਸਿਲੇਬਸ ਵਿੱਚ ਮੈਂਸ਼ਨ ਹਨ ਇਹਨੂੰ ਪੜ੍ਹ ਲੈਣਾ ਸਮਝ ਲੈਣਾ ਜਿਹੜੀ ਤੁਹਾਡੀ ਅਪਰੋਚ ਤਾਂ ਇਹ ਹੀ ਹੋਣੀ ਚਾਹੀਦੀ ਆ ਪਰ ਹੁਣ ਚੱਕਰ ਇਹ ਆਇਆ ਕਿ ਇਹ ਕਵਿਤਾਵਾਂ ਦਾ ਮਤਲਬ ਕਈ ਵਾਰ ਨਹੀਂ ਵੀ ਪੱਲੇ ਪੈਂਦਾ ਹਨਾ ਕੋਈ ਸ਼ਬਦ ਤੁਹਾਨੂੰ ਨਹੀਂ ਸਮਝ ਲੱਗਦੇ ਤੇ ਕਿਸੇ ਕਿਤਾਬ ਵਿੱਚ ਇਹਨਾਂ ਦੀ ਵਿਆਖਿਆ ਵੀ ਨਹੀਂ ਦਿੱਤੀ ਹੋਈ ਕੋਈ ਖਾਸ ਪਿਛਲੇ ਲੈਕਚਰ 'ਚ ਮੈਂ ਦੱਸਿਆ ਸੀ ਕਿ ਸੱਸਾ ਸੱਸਾ ਅਮੋਲ ਦੀ ਕਿਤਾਬ ਇੱਕ ਕਾਫੀ ਠੀਕ-ਠਾਕ ਕਿਤਾਬ ਆ ਤੁਹਾਨੂੰ ਪੜ ਲੈਣੀ ਚਾਹੀਦੀ ਆ ਉਹ ਤੁਸੀਂ ਕਿਤਾਬ ਪੜ ਲਓ ਪਰ ਅਸਲੀ ਗੱਲ ਇਹ ਆ ਕਿ ਤੁਹਾਨੂੰ ਤਿੰਨੇ ਕਿਤਾਬਾਂ ਦਾ ਵਿਆਖਿਆ ਪਤਾ ਹੋਣੀ ਚਾਹੀਦੀ ਆ ਮੈਂ ਇੱਥੇ ਉਪਰਾਲਾ ਕਰਨ ਲੱਗਾ ਜੀ ਤੁਹਾਡੇ ਲਈ ਕਿ ਜਿਹੜੇ ਤੁਹਾਡੇ ਟਫ ਸ਼ਬਦਾਂ ਕਠਿਨ ਸ਼ਬਦਾਂ ਉਹਨਾਂ ਦਾ ਮਤਲਬ ਨੈਟ ਵਗੈਰਾ ਤੋਂ ਦੇਖ ਕੇ ਤੁਹਾਨੂੰ ਵੀਡੀਓ ਰਾਹੀਂ ਗੱਲਾਂ ਦੱਸ ਤਮਾ ਤਾਂ ਕਿ ਤੁਹਾਡਾ ਕੰਮ ਆਸਾਨ ਹੋ ਜਾਏ ਤੁਹਾਨੂੰ ਇੱਕ ਇੱਕ ਸ਼ਬਦ ਦੀ मीनिंग ਲੱਭਣੇ ਨਾਂ ਪੜ੍ਹ। ਠੀਕ ਹੈ ਜੀ। ਸਟੈਪ ਬਾਈ ਸਟੈਪ ਅਸੀਂ ਪੜ੍ਹਾਂਗੇ। ਚਲਦੇ ਹਾਂ ਜੀ। ਪਾਗ ਪਹਿਲਾ। ਸੋਰਸ ਮੈਂ ਲਿਆ ਜੀ ਪੰਜਾਬੀ ਕਵਿਤਾ। ਪੰਜਾਬੀ ਕਵਿਤਾ ਇਹ ਆਨਲਾਈਨ ਵੈਬਸਾਈਟ ਆ। ਉੱਥੇ ਕਾਫੀ ਪੰਜਾਬੀ ਲਿਟਰੇਚਰ ਹੈ ਜੀ। ਤੁਸੀਂ ਆਨਲਾਈਨ ਲੈਸਨ ਦੇਖ ਸਕਦੇ ਆ। ਤੇ ਸਾਡੀ ਪਹਿਲੀ ਕਿਤਾਬ ਆਦੀ ਆ ਜੀ ਚੰਤਨ ਵਾੜੀ। ਚੰਤਨ ਦੀ ਵਾੜੀ। ਵਾੜੀ ਹੁੰਦੀ ਕਿਹੜੀ? ਚੰਦਨ ਦੀ ਕਿਆਰੀ ਫੁੱਲਾਂ ਦੀ ਕਿਆਰੀ। ਮੀਨ ਸੋਹਣੇ-ਸੋਹਣੇ ਫੁੱਲਾਂ ਦੀ ਕਿਆਰੀ। ਸੋਨੇ ਸੋਨੇ ਫੁੱਲ ਇੱਥੇ ਕੀ ਹੈ ਜੀ ਕਵਿਤਾਵਾਂ ਤੇ ਪਹਿਲਾ ਭਾਗ ਹੈ ਜੀ ਪੂਰੀ ਕਿਤਾਬ ਨੂੰ ਕੁਝ ਭਾਗਾਂ ਵਿੱਚ ਵੰਡਿਆ ਹੋਇਆ ਹੈ ਤੇ ਅਸੀਂ ਪੜਾਂਗੇ ਜੀ ਪਹਿਲਾ ਭਾਗ ਹੈ ਜੀ ਪ੍ਰਾਰਥਨਾ ਉਸ ਰੱਬ ਨੂੰ ਪ੍ਰਾਰਥਨਾ ਆ ਕੀਤੀ ਗਈ ਰੱਬ ਦੀਆਂ ਗੱਲਾਂ ਆ ਤਾਂ ਉਹਦੇ ਵਿੱਚ ਕੁਝ ਕਵਿਤਾਵਾਂ ਆ ਇੱਕ ਇੱਕ ਕਰਕੇ ਅਸੀਂ ਪੜਦੇ ਹਾਂ ਜੀ ਪਹਿਲਾ ਹੈ ਜੀ ਮੰਗਲਾ ਚਰਨ ਮੰਗਲਾ ਚਰਨ ਠੀਕ ਹੈ ਅਸੀਂ ਜਦੋਂ ਕਵਿਤਾਵਾਂ ਲਿਖਦੇ ਹਾਂ ਅਸੀਂ ਪਹਿਲਾਂ ਵੀ ਪੜਿਆ ਕਿ ਸਾਖਾ ਬਾਰਕਾ ਜੰਗਨਾਮਾ ਛੁਰ ਵਿੱਚ ਆਉਂਦਾ ਜੀ ਮੰਗਲਾ ਚਰਨ ਉਸ ਪਰਮਾਤਮਾ ਦੀ ਉਸਤਤ ਕੀਤੀ ਹੁੰਦੀ ਹੈ ਇਹ ਹੈ ਜੀ ਗੀਤ ਆ ਇਹ ਬੀਸਿਕਲੀ ਇੱਕ ਗੀਤ ਆ ਇਹਦੀ ਤਰਜਮਾ ਅੰਗਰੇਜ਼ੀ ਆ ਆਪਾਂ ਬੀਸਿਕਲੀ ਮਤਲਬ ਦੇਖਣਾ ਜੀ ਲਾਈਨਾਂ ਦਾ ਮਤਲਬ ਦੇਖਣਾ ਤਾਂ ਕਿ ਪੇਪਰ ਵਿੱਚ ਅਸੀਂ ਵਿਆਖਿਆ ਕਰ ਸਕੀਏ ਤੇ ਹੋ ਸਕਦਾ ਮੈਂ ਉਹ ਉਹਨਾਂ ਗਾ ਕੇ ਨਾ ਤੁਹਾਨੂੰ ਦੱਸ ਪਾਵਾਂ ਪਰ ਅਸੀਂ मीनिंग ਸਮਝ ਲਵਾਂਗੇ ਤਾਂ ਕਿ ਪੇਪਰ ਵਿੱਚ ਇਗਜ਼ਾਮ ਵਿੱਚ ਅਸੀਂ ਲਿਖ ਸਕੀਏ ਦੀਨ ਦੁਨੀ ਦੇ ਮਾਲਕ ਇਹ ਸੰਸਾਰ ਦੇ ਮਾਲਕ ਅਦੀ ਵਿਆਖਿਆ ਵੀ ਕੋਈ ਨਹੀਂ ਟਫ ਵਿਆਖਿਆ ਨਹੀਂ ਕਰਨੀ। ਲੋਗ ਵਿੱਚ ਵਿਆਖਿਆ ਕਰਨੀ ਆ। ਦੀਨ ਦੁਨੀ ਹੈਨਾ ਇਹ ਸੰਸਾਰ ਦੇ ਮਾਲਿਕ ਦੀਨਾਂ ਦੇ ਹੈਨਾ ਦੁਨੀਆ ਦੇ ਦੀਨ ਹੋਗੇ ਜੀ ਥੋੜੇ ਗਰੀਬੜੇ ਲੋਕ ਅਸੀਂ ਇਹਨਾਂ ਸਾਰਿਆਂ ਦੇ ਸੰਸਾਰ ਦੇ ਮਾਲਿਕ ਉਹ ਪ੍ਰਮਾਤਮਾ ਤੂੰ ਕਰਦਾ ਹੈ ਵੇੜੇ ਪਾਰ ਹੈਨਾ ਤੂੰ ਕਰਦਾ ਹੈ ਵੇੜਾ ਪਾਰ ਤੂੰ ਸਾਡਾ ਪੇੜਾ ਪਾਰ ਉਤਾਰ ਕਰ ਦਿੰਦਾ ਇਸ ਪਵ ਸਾਗਰ ਵਿੱਚ ਸਾਨੂੰ ਪਾਰ ਉਤਾਰਨ ਵਾਲਾ ਤੂੰ ਹੀ ਹੈ। ਬਰਗਤਾ ਵਸਾ ਕੇ ਬਾਗ ਤੇ ਲਿਆ ਬਹਾਰ ਇਹ ਜਿਹੜਾ ਦੁਨੀਆ ਦਾ ਬਾਗ ਆ ਇਹ ਤੇ ਉੱਤੇ ਤੂੰ ਬਰਕਤਾਂ ਬਾਖ ਬਖਸ਼ ਇਹਨਾਂ ਨੂੰ ਇਵਦਾਨੇ ਦੀ ਬਰਕਤ ਹਨ ਸਾਨੂੰ ਕੁਛ ਨਾ ਮਤਲਬ ਸਾਡੀ ਬਰਕਤ ਬਰਕਤ ਹੁੰਦੀ ਨਾ ਤੁਹਾਨੂੰ ਸਾਨੂੰ ਕੁਛ ਨਾ ਕੁਝ ਦੇਣਾ ਇਹ ਦੁਨੀਆ ਵੀ ਬਾਗ ਤੇ ਤੂੰ ਕੁਸ਼ਨਾ ਕੁਛ ਸਾਨੂੰ ਦੇ ਤੇ ਬਹਾਲ ਲਿਆ ਹਨ ਬਰਕਤਾਂ ਦੇ ਸਾਨੂੰ ਪਾ ਦੇ ਠੰਡ ਠਾਰ ਇਹ ਦੇਨ ਦੁਨੀ ਦੇ ਮਾਲਕ ਤੂੰ ਕਰਦਾ ਹੈ ਬੇੜਾ ਪਾਲ ਤੇ ਇਸ ਤਰ੍ਹਾਂ ਸਾਡੇ سینੇ ਵਿੱਚ ਠੰਡ ਪਾ ਦੇ ਸਾਨੂੰ ਸੰਤੁਸ਼ਟੀ ਦੇ ਦੇ ਸਾਡੇ ਅੰਦਰ ਆਗਨ ਆ ਜਿਹੜੀ ਕੁਝ ਪਾਉਣ ਦੀ ਉਹਦੀ ਤ੍ਰਿਪਤੀ ਕਰ ਦੇ ਤਾਰੇ ਦੇ ਅੰਦਰ ਰੁਸ਼ਨਾਈ ਤੇਰੀ ਹੁਣ ਕੀ ਹੈ ਸਾਡਾ ਕਵੀ ਦੱਸ ਰਿਹਾ ਕੀ ਜਿਸ ਤਰ੍ਹਾਂ ਇਹ ਸਾਰੀ ਰਚਨਾ ਤੇਰੀ ਹੀ ਹੈ ਇਹ ਤਾਰਿਆਂ ਦੇ ਵਿੱਚ ਰੋਸ਼ਨੀ ਜਿਹੜੀ ਆ ਉਹ ਵੀ ਤੂੰ ਹੀ ਪੈਦਾ ਕੀਤੀ ਹੈ ਸੂਰਜ ਦੇ ਅੰਦਰ ਗਰਮਾਈ ਤੇਰੀ ਸੂਰਜ ਦੀ ਗਰਮਾਹਟ ਵੀ ਤੇਰੀ ਹੀ ਪੈਦਾ ਕੀਤੀ ਹੋਈ ਆ ਸਾਗਰ ਤੇ ਅੰਦਰ ਡੂੰਘਾਈ ਤੇਰੀ ਸਾਗਰ ਕਿੰਨੀ ਡੂੰਘੀ ਆ ਪਾਣੀ ਨਾਲ ਉਹ ਵੀ ਤੇਰੇ ਹੀ ਪੈਦਾ ਕੀਤੇ ਹੋਏ ਆ। ਆਕਾਸ਼ਾਂ ਤੇ ਤੇਰਾ ਖਿਲਾਰ ਪੂਰਾ ਆਕਾਸ਼ ਜਿੰਨਾ ਅਸੀਂ ਦੇਖ ਰਹੇ ਹਾਂ ਉਹ ਸਾਰਾ ਸਾਰਾ ਤੇਰਾ ਹੀ ਹੈ। ਇਸ ਲਈ हे ਦੀਨ ਦੁਨੀ ਦੇ ਮਾਲਕ ਤੂੰ ਕਰ ਦੇ ਬੇੜਾ ਪਾਰ। ਤੂੰ ਇੰਨਾ ਤੇਰਾ ਹੈ ਰਚਨਾ ਸਾਰੀ ਪਾਵਰ ਤੇਰੇ ਕੋਲ ਨਹੀਂ ਆ ਤੂੰ ਸਾਡਾ ਵੀ ਬੇੜਾ ਪਾਰ ਕਰ ਦੇ। ਹਾਥੀ ਤੇ ਕੀੜੀ ਵਿੱਚ ਇੱਕੋ ਸਮਾਨ ਵਿਖਿਆ ਜਾਵੇ ਇੱਕ ਪਾਸੇ ਹਾਥੀ ਆ ਇੱਕ ਪਾਸੇ ਕੀੜੀ ਆ। ਉਨਾ ਤੂੰਆਂ ਦੇ ਵਿੱਚ ਹੱਡੀਆਂ ਵੀ ਆ, ਮਾਸ ਵੀ ਆ, ਖੂਨ ਵੀ ਆ। ਦਿਮਾਗ ਵੀ ਆ, ਮਾਸਪੇਸ਼ੀਆਂ ਵਗੈਰਾ ਵੀ ਆ। ਇਹਨਾਂ ਦੇ ਅੰਦਰੂਨੀ ਬਣਤਰ ਸੇਮ ਆ। ਇਹ ਕਿੰਨੂੰ ਬਣਾਈ? ਉਹ ਤੂੰ ਪ੍ਰਮਾਤਮਾ ਤੂੰ ਬਣਾਈ। ਹਰ ਕਤਰਾ ਲਹੂ ਵਿੱਚ ਅਣਗਿਣਤ ਜਾਨ। ਇੱਕ ਇੱਕ ਲਹੂ ਦੇ ਹਰ ਕਤਰਾ ਲਹੂ ਵਿੱਚ ਹਰ ਕਤਰਾ ਲਹੂ ਵਿੱਚ ਅਣਗਿਣਤ ਜਾਨ। ਠੀਕ। ਇਹ ਇੱਕ ਹੋਂਦ ਦੇ ਕਤਰਿਆਂ ਨੂੰ ਦੇਖੀਏ ਉਹਦੇ ਵਿੱਚ ਵੀ ਕਿੰਨੇ ਮਾਈਕਰੋ ਆਰਗਾਨਿਜ਼ਮਸ ਹੁੰਦੇ ਆ ਸੁਕਸ਼ਣਕੀ ਹੁੰਦੇ ਆ ਠੀਕ ਤੇ ਉਹ ਸਭ ਤੇਰਾ ਕੀਤਾ ਹੋਇਆ ਸਭ ਤੇਰਾ ਪੈਦਾ ਕੀਤਾ ਹੋਇਆ ਹਰ ਜਾਨ ਦੇ ਅੰਦਰ ਤੇਰਾ ਮਕਾਨ ਤੇ ਤੂੰ ਹਰ ਇਨਸਾਨ ਦੇ ਜਿੱਥੇ ਕਿਤੇ ਵੀ ਲਾਈਫ ਵਸਦੀ ਆ ਉਸ ਦੇ ਅੰਦਰ ਤੂੰ ਆਪ ਵਸ ਰਿਹਾ ਆ ਮਕਾਨ ਮਤਲਬ ਤੇਰਾ ਘਰ ਆ ਤੂੰ ਆਪ ਉਹਦੇ ਅੰਦਰ ਵਸਤਾ ਪਿਆ ਜਿੱਥੇ ਜਿੱਥੇ ਲਾਈਫ ਆ ਕਿ ਹੁੰਦਾ ਨਹੀਂ ਵਹਿਜਤ ਵਹਿਨਤਾ ਉਹ ਵਿਜੂਦ ਦਾ ਕਨਸੈਪਟ ਹਾਦਵੇਤਵਾਦ ਵੀ ਉਹ ਪਰਮਾਤਮਾ ਸ੍ਰਿਸ਼ਟੀ ਦੇ ਵਿੱਚ ਆਪ ਵਿਚਰ ਰਿਹਾ ਹੈ ਧਿਆਨ ਨਾਲ ਦੇਖੋ ਜਪਜੀ ਸਾਹਿਬ ਦੀ ਵਿਆਖਿਆ ਵੀ ਕੁਝ ਇਸੇ ਹਿਸਾਬ ਦੀ ਸੀ ਮੇ ਅਸੀਂ ਪਰਮਾਤਮਾ ਦਾ ਪਰਮਾਤਮਾ ਇੰਨਾ ਵਿਸ਼ਾਲ ਆ ਹੁਣ ਇੰਨੀ ਦੁਨੀਆ ਰਚੀ ਕਣ-ਕਣ ਵਿੱਚੋਂ ਵਸਦਾ ਆ ਕੀ ਕਰੀਏ ਤੇਰਾ شمار ਅਸੀਂ ਤੇਰੀ ਕੰਮਾਂ ਦੀ ਗਿਣਤੀ ਨਹੀਂ ਕਰ ਸਕਦੇ شمار ਮਤਲਬ ਗਿਣਤੀ ਠੀਕ ਹੈ ਦੀਨ ਦੁਨੀ ਦੇ ਮਾਲਕ ਤੂੰ ਕਰਦਾ ਹੈ ਬੇੜਾ ਪਾਰ ਇਸ ਲਈ ਸਾਡਾ ਬੇੜਾ ਪਾਰ ਕਰ ਇਹ ਦੇਖੋ ਇਹ ਤੁਹਾਨੂੰ ਪ੍ਰਸ਼ਨ ਇਹਦੀ ਵੀ ਆ ਸਕਦਾ ਕਿ ਲਾਲਾ ਤਾਂ ਨੀਰਮ ਚਾਤਰੀਕ ਤੇ ਗੁਰੂ ਨਾਨਕ ਸਾਹਿਬ ਦੇ ਆਪਣੇ ਕਨਸੈਪਟ ਵਿੱਚ ਕੀ ਕੀ ਸੇਮ ਗੱਲਾਂ ਮਿਲਦੀਆਂ ਹੈ ਨਾ ਜੇ ਡੀਪਲੀ ਥੋੜਾ ਪੜਿਆ ਪਾਏਗਾ ਸਾਡੇ ਕੋ ਮੈਟਰ ਹੋਏਗਾ ਅੱਗੇ ਆ ਜੀ ਅਰਦਾਸ ਪ੍ਰਾਰਥਨਾ ਉਸ ਪਰਮਾਤਮਾ ਨੂੰ ਪ੍ਰਾਰਥਨਾ ਕਰਤਾ ਦੇਖਾ ਹੈ ਪਰਮਾਤਮਾ ਜਗਤ ਆਦਾਰ ਪਿਤਾ ਇਸ ਜਗਤ ਦਾ ਆਦਾਰ ਤੂੰ ਹੀ ਪਰਮਾਤਮਾ ਹੈ ਠੀਕ ਜਿਸ ਨੇ ਇਸ ਜਗਤ ਨੂੰ ਰਚਿਆ ਉਹ ਮੇਰੇ ਪਿਤਾ ਉਹ ਮੇਰੇ ਪਰਮਾਤਮਾ ਮੈਂ ਨੀਚ ਆਦਮ ਇਕਬਾਲ ਤੇਰਾ ਮੈਂ ਤਾਂ ਇੱਕ ਛੋਟਾ ਜਿਹਾ ਨੀਵੇਂ ਦਰਜੇ ਦਾ ਘਟਿਆ ਜਿਹਾ ਤੇਰਾ ਬਾਲ ਹਾਂ ਤੇਰਾ ਬੱਚਾ ਹਾਂ ਮਤਲਬ ਪਰਮਾਤਮਾ ਦੇ ਸਾਹਮਣੇ ਸਾਡੀ ਹਸਤੀ ਤੋਸ਼ ਹੈ ਪਰਮਾਤਮਾ ਦੇ ਸਾਹਮਣੇ ਸਾਡੀ ਹਸਤੀ ਤੋਸ਼ ਹੈ ਕਰ ਸਕਾਂ ਕਥਨ ਇਕਬਾਲ ਕਿਵੇਂ ਠੀਕ ਹੈ ਨਾ ਮੈਂ ਕਥਨਾ ਨਾਲ ਬੋਲ ਕੇ ਜੋ ਜੋ ਤੂੰ ਮੈਨੂੰ ਬਰਕਤਾਂ ਬਖਸ਼ੀਆਂ ਆ ਉਹ ਗੁੱਡ ਫੋਰਚਨ ਦੀਆਂ ਪ੍ਰੋਸਪੇਰਿਟੀ ਦੀਆਂ ਹਨ ਉਹਨੂੰ ਮੈਂ ਕਿਸ ਤਰ੍ਹਾਂ ਬੋਲ ਕੇ ਦੱਸ ਸਕਦਾ ਆ ਇਕਬਾਲ ਕਿਵੇਂ ਇਕਬਾਲ ਹੁੰਦਾ ਜੀ ਕਬੂਲ ਕਰਨਾ ਕਰ ਸਕਾ ਕਥਨ ਇਕਬਾਲ ਕਿਵੇਂ ਕਿ ਮੇਰੇ ਕੋਲ ਉਹਨੇ ਸ਼ਬਦ ਨਹੀਂ ਇਸ ਅਲਪ ਅਕਲ ਦੇ ਨਾਲ ਤੇਰਾ ਮੈਂ ਆਪਣੀ ਘਟ ਅਕਲ ਦੇ ਨਾਲ ਤੇਰਾ ਸ਼ੁਕਰਾਨਾ ਨਹੀਂ ਕਰ ਸਕਦਾ ਆਪਣੀ ਘਟ ਅਕਲ ਦੇ ਨਾਲ ਮੇਰੇ ਕੋਲ ਇੰਨੇ ਸ਼ਬਦ ਨਹੀਂ ਕਿ ਤੇਰਾ ਤੇਰਾ ਜੋ ਤੂੰ ਮੈਨੂੰ ਦਾਤਾਂ ਦਿੱਤੀਆਂ ਉਹਦਾ ਮੈਂ ਸ਼ੁਕਰਗੁਜ਼ਾਰ ਹੋ ਸਕਾਂ ਮਤਲਬ ਉਹਦਾ ਉਹਨੂੰ ਕਬੂਲ ਕਰਨਾ ਜਾਂ ਇਦਾਂ ਕਹਿ ਲਈਏ ਕਿ ਜੋ ਜੋ ਤੂੰ ਦਾਤਾਂ ਦਿੱਤੀਆਂ ਆ ਉਹਦੇ ਬਾਰੇ ਤੇਰਾ ਸ਼ੁਕਰਾਨਾ ਕਰਨ ਲਈ ਵੀ ਸਾਡੇ ਕੋਲ ਸ਼ਬਦ ਨਹੀਂ ਤੂੰ ਇੰਨੇ ਸਾਨੂੰ ਦਾਤਾਂ ਦਿੱਤੀਆਂ ਸਿੰਪਲ ਵੀ ਅਖਿਆ ਕਰਨੀ ਮੈਂ ਹਲਕ ਆਪਣੀ ਕਟਾਕਲ ਦੇ ਨਾਲ ਜਦ ਸੁਰਤ ਨਿਗਾਹ ਦੁੜਾਂਦੀ ਹੈ ਸੁਰਤ ਮਤਲਬ ਸੋਚੀ ਸਮਝ ਮੇਰੀ ਅਕਲ ਜਦੋਂ ਕੋਸ਼ਿਸ਼ ਕਰਦੀ ਹੈ ਵੀ ਮੈਂ ਤੇਰੇ ਪੂਰੇ ਜੋ ਤੂੰ ਮੈਨੂੰ ਦਾਤਾਂ ਬਖਸ਼ੀਆਂ ਆ ਸੰਸਾਰ ਰਚਿਆ ਆ ਇਹਦਾ ਸ਼ੁਕਰਾਨਾ ਕਰਾਂ ਤੁੰਦਿਆ ਕੇ ਚੁੱਪ ਰਹਿ ਜਾਂਦੀ ਹੈ ਤਾਂ ਮੇਰੇ ਅੰਦਰ ਅੱਗੇ ਕੀ ਆ ਜਾਂਦਾ ਹਨੇਰਾ ਧੁੰਦਲਾਪਨ ਆ ਜਾਂਦਾ ਠੀਕ ਮੈਂ ਮੇਰੀ ਨજર ਅਕਲ ਦੀ ਨજર ਬਹੁਤੀ ਦੂਰ ਨਹੀਂ ਜਾ ਪਾਉਂਦੀ ਤੱਕ ਤਣਿਆਂ ਕੁਦਰਤ ਜਾਲ ਤੇਰਾ ਇਹ ਜੋ ਕੁਦਰਤ ਦੇ ਵਿੱਚ ਹੈ ਜੀ ਬਣਿਆ ਹੋਇਆ ਪਸਾਰਾ ਆ ਸਾਰਾ ਤੇਰਾ ਹੀ ਹੈ ਵੇਰਾ ਰੂਪ ਵਿਸ਼ਾਲ ਤੇਰਾ ਤੇਰਾ ਰੂਪ ਬਹੁਤ ਹੀ ਵੱਡਾ ਹੈ ਬਹੁਤ ਹੀ ਵਿਸ਼ਾਲ ਹੈ ਇੱਕ ਬੀਜੋਂ ਬਿਰਚ ਨਿਕਲਦੇ ਨੂੰ ਪੁੰਗਰ ਦੇ ਫੁੱਲ ਦੇ ਫਲ ਦੇ ਨੂੰ ਅਲਗ-alag ਵਿੱਚ ਖੂਨ ਉਛਲਦੇ ਨੂੰ ਤੱਕ ਪਾਵੇ ਨજર ਜਮਾਲ ਤੇਰਾ ਠੀਕ ਇੱਕ ਇੱਕ ਬੀਜ ਤੋਂ ਪੇੜ ਬਣਦਾ ਉਹ ਪਹਿਲਾ ਪੁੰਗਰ ਦਾ ਫਿਰ ਵੱਧਦਾ ਫਿਰ ਹੋਰ ਵੱਧਦਾ ਉਹਦੇ ਵਿੱਚ ਰਗ-ਰਗ ਵਿੱਚ ਖੂਨ ਉਛਲਦਾ ਬਾਹ ਉਹਦੇ ਵਿੱਚ ਇਹ ਹਰੇਕ ਅੰਗ ਵਿੱਚ ਹਰਕਤ ਪੈਦਾ ਹੁੰਦੀ ਠੀਕ ਇਹ ਸਭ ਚੀਜ਼ ਨੂੰ ਠੀਕ ਦੇਖ ਕੇ ਤੱਕ ਪਾਵੇ ਨજર ਜਮਾਲ ਤੇਰਾ ਠੀਕ ਇਹ ਇਹ ਸਭ ਚੀਜ਼ ਨੂੰ ਦੇਖ ਕੇ ਇਹ ਤੇ ਦਰਸ਼ਨ ਕਰਕੇ ਠੀਕ ਮੇਰੀ ਨજર ਤੇਰੇ ਸਾਰੇ ਪਸਾਰੇ ਦਾ ਦਰਸ਼ਨ ਕਰਦੀ ਹੈ ਤੇ ਖੁਦ ਦਰਸ਼ਨ ਕਰਨ ਦਾ ਮਤਲਬ ਇਹ ਹੀ ਹੈ ਕਿ ਇਹ ਬਲਹਾਰੇ ਜਾਣਾ ਹਨ ਵੀ ਦਰਸ਼ਨ ਕਰਕੇ ਸਾਨੂੰ ਮਹਿਸੂਸ ਹੁੰਦਾ ਕਿ ਇਹ ਸਭ ਤੇਰਾ ਹੀ ਹੈ ਇੱਥੇ ਦੂਸਰੀ ਗੱਲ ਇਹ ਵੀ ਆ ਕਿ ਕਣ-ਕਣ ਵਿੱਚ ਇੱਕ ਬਿਰਛ ਤੋਂ ਪੇੜ ਬਣਿਆ ਜੋ ਕੁਝ ਹੋ ਰਿਹਾ ਉਹ ਵੀ ਕੀ ਆ ਇਸ ਪਰਮਾਤਮਾ ਦੀ ਹੀ ਲੀਲਾ ਆ ਲਗ ਰਗ ਵਿੱਚ ਖੂਨ ਉਛਲਦੇ ਨੂੰ ਤੱਕ ਪਾਵੇ ਨજર ਜਮਾਲ ਤੇਰਾ ਠੀਕ ਅਸੀਂ ਇਹ ਸਾਰੇ ਵਿੱਚ ਤੇਰੇ ਹੀ ਦਰਸ਼ਨ ਕਰਦੇ ਹਾਂ ਅੱਗੇ ਦੇਖੋ ਜੀ ਗ੍ਰਹਿ ਤਾਰੇ ਬਿਜਲੀ ਸੂਰਜ ਚੰਨ ਨਦ ਸਾਗਰ ਪਰਵਤ ਬਨ ਉਪਵਨ ਬ੍ਰਹਮੰਡ ਤੇਰੇ ਪੂਖਣ ਤੇਰੇ आकाश तेरा पाताल तेरा जिन्ने ग्रह तारे बिजली सूरज चंद्रमा नदियां सागर पर्वत जंगल वगैरह ये कीया ब्रह्मांड ਤੇ ਬ੍ਰਹਮੰਡਾ ਦੇ ਭਾਗ ਪੂਖੰਡ ਇਹ ਸਭ ਕੀਆ ਤੇਰੇ ਹੀ ਆ आकाश ਵੀ ਤੇਰਾ ਪਤਾਲ ਵੀ ਤੇਰਾ ਹਨਾ ਪਤਾਲ ਲੋਕ ਵੀ ਤੇਰਾ ਸਭ ਪਸਾਰਾ ਕੀਆ ਤੇਰਾ ਹੁਣ ਧਿਆਨ ਨਾਲ ਜਰਾ ਕੈਸ਼ ਕਰੀ ਜਾਓ ਤੁਲਨਾ ਕਰੀ ਜਾਓ ਗੁਨਾਨਗ ਸਾਹਿਬ ਵੀ ਇਹੀ ਗੱਲ ਕਰਦੇ ਆ ਵੀ ਸ੍ਰਿਸ਼ਟੀ ਇੰਨੀ ਵਿਸ਼ਾਲਾ वो परमात्मा इन्ना विशाल आ उसकी साजी हुई सृष्टि भी बहुत विशाल आ तू आद अंत बिन तू आद अंत बिन तेरा इनिशियल कोई पॉइंट नहीं तेरा आखिर वाला कोई पॉइंट नहीं, नहीं। तेन नाप्या नहीं जा सकता वो परमात्मा आजारा तो आजार मतलब बुढ़ापे तो रहत अमर तू हमेशा तू जवान रहना है। तेरी उम्र चेंज नहीं होती ਹਾ ਟਲ ਚੇਂਜ ਨਹੀਂ ਹੁੰਦਾ ਟਲਦਾ ਨਹੀਂ ਆਗਮ ਆਗਮ ਹੁੰਦਾ ਜੀ ਜਿੱਥੇ ਪਹੁੰਚਿਆ ਨਾ ਜਾ ਸਕੇ ਆਗਮ ਤੇਰਾ ਐਂਡ ਅਸੀਂ ਨਹੀਂ ਲੱਭ ਸਕਦੇ ਠੀਕ ਆਗੋਚਰ ਜਿਸ ਦਾ ਇੰਦਰੀਆਂ ਰਾਹੀਂ ਗਿਆਨ ਨਹੀਂ ਹੋ ਸਕਦਾ ਠੀਕ ਅਸੀਂ ਤੈਨੂੰ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਤੇਰੇ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ ਆ ਚੱਲ ਆ ਚੱਲ ਹੁੰਦਾ ਜੀ ਜਿਹਦਾ ਚੇਂਜ ਨਹੀਂ ਹੁੰਦਾ ਮੂਵ ਨਹੀਂ ਕਰਦਾ ਸਥਿਰ ਰਹਿੰਦਾ ਆ ਅਜ ਅੱਜ ਹੁੰਦਾ ਜੀ ਜਨਮ ਰਹਿਤ ਤੂੰ ਨਾ ਜਨਮਦਾ ਆਂ ਨਾ ਮਰਦਾ ਆਂ ਤੂੰ ਹਮਾਰਾ ਤੂੰ ਆ ਰੂਪ ਆ ਤੇਰਾ ਤੈਨੂੰ ਅਸੀਂ ਕਿਸੇ ਰੂਪ ਵਿੱਚ ਨਹੀਂ ਢਾਲ ਸਕਦੇ ਤੂੰ ਆ ਨਾਮ ਆ ਹਨ ਤੇਰਾ ਕੋਈ ਨਾਮ ਨਹੀਂ ਹੈ ਆਕਲ ਹਨ ਆਕਲ ਅਕਲ ਦਾ ਮਤਲਬ ਇੱਥੇ ਇਹ ਹੈ ਕਿ ਸੂਝ ਗਿਆਨ ਅਸੀਂ ਆਪਣੀ ਸੂਝ ਜਾਂ ਗਿਆਨ ਰਾਹੀਂ ਵੀ ਤੇਰਾ ਪਾਰ ਉਤਾਰਾ ਨਹੀਂ ਪਾ ਸਕਦੇ ਅਨਵਰਤ ਅਖੰਡ ਜਲਾਲ ਤੇਰਾ ਅਨਵਰਤ ਹੁੰਦਾ ਜੀ ਪਰਿਵਰਤਨ ਰਹਿਤ ਤੇਰੇ ਵਿੱਚ ਪਰਿਵਰਤਨ ਨਹੀਂ ਹੁੰਦਾ ਜلال ਹੁੰਦਾ ਜੇ ਨੂਰ ਜਾਂ ਪ੍ਰਕਾਸ਼ ਜਾਂ ਤੇਜ ਤੇਰਾ ਜਿਹੜਾ ਤੇਜ ਆ ਤੇਰਾ ਜلال ਆ ਤੇਰਾ ਨੂਰ ਆ ਪ੍ਰਕਾਸ਼ ਆ ਉਹ ਵੀ ਆਖੰਡ ਆ ਉਹ ਉਹਨੂੰ ਵੀ ਅਸੀਂ ਖੰਡ ਖੰਡ ਵਿੱਚ ਨਹੀਂ ਵੰਡ ਸਕਦੇ ਠੀਕ ਇੰਨਾ ਜ਼ਿਆਦਾ ਤੇਰਾ ਪ੍ਰਕਾਸ਼ ਆ ਵਿਦ ਨਾਰਦ ਸ਼ੇਸ਼ ਵਿਆਸ ਜਹੇ ਵਿਦ ਹੁੰਦਾ ਜੀ ਬ੍ਰਹਮਾ ਹੁਣ ਇੱਥੇ ਸਾਡਾ ਕਵੀ ਦੱਸਦਾ ਪਿਆ ਕਿ ਵੱਡੇ ਵੱਡੇ ਵਿਦਵਾਨਾਂ ਨੇ ਕੋਸ਼ਿਸ਼ ਕੀਤੀ ਤੇਰੇ ਬਾਰੇ ਅੰਦਾਜ਼ਾ ਲਾਉਣ ਲਈ ਪਰ ਉਹ ਨਹੀਂ ਲਾ ਸਕੇ ਨਾਰਦ मुनि ਨੇ ब्रह्मा ਨੇ ਠੀਕ ਛੇਸ਼ ਵ્યાਸ ਨੇ ਠੀਕ ਛੇਸ਼ ਮਤਲਬ ਮਤਲਬ ਕਿ ਹੋਰ ਬਚਾਇਆ ਛੇਸ਼ ਇਹਨਾਂ ਦੋਵਾਂ ਤੋਂ ਇਲਾਵਾ ਛੇਸ਼ ਕੌਣ ਵ્યાਸ ਇਹ ਸਾਰਿਆਂ ਨੇ वेदव्यास वेदव्यास ਨੇ ਮਹਾ ਭਾਰਤ ਰਚੀ ਸੀ ਨਾ ਮੀ ਜਿਹੜੇ ਵੱਡੇ ਵੱਡੇ ऋषि मुनि ਹੋਏ ਆ ਗਿਆਨੀ ਹੋਏ ਆ ਉਹ ਵੀ ਤੇਰਾ ਤੇ ਇਹਦੇ ਬਾਰੇ ਅੰਦਾਜ਼ਾ ਨਹੀਂ ਲਾ ਸਕੇ ਕੋਸ਼ਿਸ਼ ਉਹਨਾਂ ਨੇ ਕੀਤੀ ਪਰ ਉਹ ਹੰਤ ਨਹੀਂ ਪਾ ਸਕੇ ਅੰਗੀਰਾ ਆਦਿਕ ਹਾਰ ਗਏ ਹੰਗੀਰਾ ਹੰਗੀਰਾ ਵੀ ਇੱਕ ਬਹੁਤ ਵੱਡੇ ઋષਿ ਹੋਏ ਆ ਇਹਨਾਂ ਨੇ ਰਿੰਗ ਵੇਦ ਵਿੱਚ ਕਾਫੀ ਕੁਝ ਲਿਖਿਆ ਤੇ ਦੇਵਤਿਆਂ ਤੇ ਉਹ ਆਪਣੇ ਮੇਨ ਗੁਰੂ ਕਹੇ ਜਾਂਦੇ ਰਹੇ ਆ ਇਹ ਸਾਰੇ ਵਿਦਵਾਨਾਂ ਨੇ ਤੇਰਾ ਲੇਖਾ ਲਿਖਣ ਦੀ ਕੋਸ਼ਿਸ਼ ਕੀਤੀ ਪਰ ਲਿਖ ਲਿਖ ਕੇ ਹਾਰ ਗਏ ਉਹ ਪੂਰਾ ਤੇਰਾ ਲੇਖਾ ਤੇਰੇ ਬਾਰੇ ਲਿਖ ਨਹੀਂ ਪਾਏ हे ਪ੍ਰਮਾਤਮਾ ਕੁਝ ਹਾਲ ਤੇਰਾ ਜਦ ਕਹਿਣ ਲੱਗੇ ਕਰ ਸਕੇ ਨਾ ਹੱਲ ਸਵਾਲ ਤੇਰਾ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਤੇਰੇ ਬਾਰੇ ਲਿਖਣ ਦੀ ਤੇਰਾ ਹਾਲ ਬਿਆਰ ਕਰਨ ਦੀ ਪਰ ਪਰ ਕੋਈ ਕੋਈ ਹਰ ਜਗ੍ਹਾ ਕੋਈ ਸਹੀ ਆਨਸਰ ਨਹੀਂ ਦੇ ਪਾਏ ਤੇਰੇ ਬਾਰੇ ਬਹੁਤਾ ਕੋਈ ਗਿਆਨ ਨਹੀਂ ਦੇ ਪਾਏ ਇਹ ਸਵਾਲ ਦਾ ਹੱਲ ਨਹੀਂ ਕਰ ਪਾਏ ਕਿ हे ਪ੍ਰਮਾਤਮਾ ਤੂੰ ਕਿਹੋ ਜਿਆ ਹੈ ਤੇਰਾ ਪਾਰ ਉਤਾਰਾ ਨਹੀਂ ਕਰ ਪਾਏ ਤੇਰੇ ਬਾਰੇ ਅੰਦਾਜ਼ਾ ਨਹੀਂ ਲਗਾ ਪਾਏ ਤੂੰ ਚਲ ਕੇ ਹਰ ਆਇਨੇ ਵਿੱਚ ਜਦੇ ਜਰੇ ਦੇ ਸੀਨੇ ਵਿੱਚ ਸੀਨੇ ਦੇ ਗੁਪਤ ਖਜ਼ਾਨੇ ਵਿੱਚ ਤਨਮਾਲ ਅਮੋਲਕ ਲਾਲ ਤੇਰਾ हे ਪ੍ਰਮਾਤਮਾ ਤੂੰ ਹਰ ਜਗ੍ਹਾ ਜਿੱਥੇ ਵੀ ਸਾਨੂੰ ਕੋਈ ਮੂਰਤ ਦਿੱਤੀ ਹੈ ਉਹ ਉੱਥੇ ਤੂੰ ਵੀ ਵਿਦਵਾਨ ਆ ਹਰ ਕੋਨੇ ਵਿੱਚ ਹਰ ਘਟ ਘਟ ਵਿੱਚ ਤੂੰ ਵਸਦਾ ਹੈ ਸਾਡੇ ਦਿਨਾਂ ਵਿੱਚ ਵਸਦਾ ਆ ਤੇ ਤੇਰੇ ਜਿਹੇ ਧਨ ਮਾਲ ਆ ਉਹ ਵੀ ਆ ਕੀ ਆ ਬਹੁਤ ਜ਼ਿਆਦਾ ਆ ਤੇਰੇ ਭੰਡਾਰੇ ਵੀ ਬਹੁਤ ਵੱਡੇ ਆ ਦੇਖੋ ਧਿਆਨ ਨਾਲ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੀ ਗੁਰੂ ਸਾਹਿਬ ਨੇ ਕੀਤੀਆਂ ਆ ਜਪ ਜੀ ਸਾਹਿਬ ਵਿੱਚ ਇਸ ਲਈ ਸਾਡੇ ਨਾਚੇ ਦੇ ਹਿਸਾਬ ਨਾਲ ਗੁੰਨਾਨ ਅਤੇ ਤਨੀਲਾ ਰਾਮ ਚਾਤਰੀਕ ਜੀ ਉੱਤੇ ਤੁਲਨਾਤਮਕ ਅਧਿਐਨ ਦਾ ਕੁਝ ਕੁਐਸਚਨ ਆ ਸਕਦਾ ਆ। ਕਲੀਆਂ ਵਿੱਚ ਲੁਕ-ਲੁਕ ਵਸਦਾ ਹੈ, ਫੁੱਲ ਦੇ ਚਿਹਰੇ ਪਰ ਹਸਦਾ ਹੈ। ਠੀਕ? ਕਲੀਆਂ, ਗੁਲਾਬ ਦੀਆਂ ਕਲੀਆਂ, ਫੁੱਲਾਂ ਦੀਆਂ ਕਲੀਆਂ। ਇੱਕ ਤੇ ਉਹਨਾਂ ਦੇ ਫੁੱਲ। ਠੀਕ? ਇਹਨਾਂ ਸਾਰੇ ਵਿੱਚ ਤੂੰ ਵਸਦਾ ਆ। ਠੀਕ? ਕਲੀਆਂ ਵਿੱਚ ਵੀ ਤੇ ਫੁੱਲਾਂ ਵਿੱਚ ਵੀ। ਚੜਵਾ ਦੇ ਘੋੜੇ ਨਸਦਾ ਹੈ। ਠੀਕ? ਘੋੜੇ ਉੱਤੇ ਚੜ ਕੇ ਹਵਾ ਜਿੰਨੀ ਤੇਜ਼ ਰਫ਼ਤਾਰ ਨਾਲ ਤੂੰ ਦੌੜਦਾ ਵੀ ਪਿਆ ਆ। ਉਹਦੇ ਵਿੱਚ ਵੀ ਤੇਰੀ ਹੀ ਲੀਲਾ ਆ ਬਾ ਰੰਗ ਬਰੰਗ ਖਿਆਲ ਤੇਰਾ ਤੇ ਇਹ ਜਿੰਨੀ ਵੀ ਰੰਗ ਬਰੰਗੇ ਦੁਨੀਆ ਆ ਸਾਡੇ ਖਿਆਲ ਵਿੱਚ ਜਿੰਨਾ ਵੀ ਰੰਗ ਬਰੰਗੇ ਵਿਚਾਰ ਆਉਂਦੇ ਆ ਵੀ ਹਾਂ ਵੀ ਜੋ ਵੀ ਅਸੀਂ ਸੋਚ ਸਕਦੇ ਆ ਉਹ ਸਭ ਕੁਝ ਉਹ ਸਭ ਦੇ ਵਿੱਚ ਤੂੰ ਹੈ ਬਾ ਰੰਗ ਬਰੰਗ ਖਿਆਲ ਤੇਰਾ ਸਭ ਜਿਹਦੇ ਨਾਦ ਮਿਹਾਨੀ ਵਿੱਚ ਸਭ ਜਿਹੰਦਾ ਜੀ ਬਨਸਪਤੀ ਹੈ ਨਾ ਨਾਦ ਹੁੰਦਾ ਗੂੰਜ ਇਹ ਬਨਸਪਤੀ ਵੀ ਜਿੰਨੀ ਗੂੰਜ ਆ ਜਾਂ ਸਿੰਪਲੀ ਜਿੰਨੀ ਅਸੀਂ ਬਨਸਪਤੀ ਦੇਖਦੇ ਆ ਆਸੇ-ਪਾਸੇ ਉਹਦੇ ਵਿੱਚ ਵੀ ਜੰਪਾ ਜਰਾ ਡੀਪਲੀ ਟੈਕਨੀਕਲ ਨਹੀਂ ਜਾਣਾ ਜਿੰਨੀ ਅਸੀਂ ਬਸ ਪ੍ਰਿੰਸਪਲੀ ਟਿੱਖਦੀਆਂ ਉਹਦੇ ਵਿੱਚ ਵੀ ਪੰਛੀ ਦੀ ਲੈ ਮਸਤਾਨੀ ਵਿੱਚ ਪੰਛੀ ਦੀ ਲੈ ਮਸਤਾਨੀ ਵਿੱਚ ਠੀਕ ਹੈ ਨਾ ਜਿਸ ਤਰ੍ਹਾਂ ਪੰਛੀ ਆਪਣੀ ਮਸਤਾਨੀ ਲੈ ਵਿੱਚ ਉੜਦਾ ਆ ਉਹਦੇ ਵਿੱਚ ਵੀ ਧੂਆ ਵੱਸਦਾ ਨਦੀਆਂ ਦੇ ਛੋੜ ਰਵਾਨੀ ਵਿੱਚ ਨਦੀਆਂ ਵਗਦੀਆਂ ਆ ਤਾਂ ਉਹਨਾਂ ਵਿੱਚ ਵੀ ਜਿਹੜੀ ਆਵਾਜ਼ ਆ ਰਹੀ ਹੈ ਜਾਂ ਸਿੰਪਲੀ ਵਗਦੀਆਂ ਨਦੀਆਂ ਵਿੱਚ ਵੀ ਹੈ ਪਰਮਾਤਮਾ ਤੂੰ ਹੀ ਹੈ ਹੈ ਗੂੰਜ ਰਿਹਾ ਸੁਰਤਾਲ ਤੇਰਾ ਹੈ ਨਾ ਤੇਰਾ ਹੀ ਸੁਰਤਾ ਗੂੰਜ ਰਿਹਾ ਹੈ ਇਹਨਾਂ ਦਾ ਮਤਲਬ ਤੂੰ ਹੀ ਹੈ ਉਹਨਾਂ ਸਾਰਿਆਂ ਵਿੱਚ ਤੂੰ ਹੀ ਆ। ਸ੍ਰਿਸ਼ਟੀ ਰਚਦੇਵੇਂ ਮੋਜ ਲਿਆ ਜੇ ਆਪਣੀ ਮੋਜ ਮਸਤੀ ਵਿੱਚ ਆ ਜਾਏ ਤਾਂ ਇੱਕ ਛਟਕੇ ਨਾਲ ਤੂੰ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦੇਵੇਂ। ਔਰ ਪੜਲੇ ਕਰੇ ਇੱਕ ਨਿਗਾਹ ਫੇਰਾ ਜੇ ਤੂੰ ਇੱਕ ਗੁੱਸੇ ਦੀ ਨਜ਼ਰ ਫੇਰ ਲਵੇਂ ਤਾਂ ਪੜਲੇ ਆ ਜਾਗੀ। ਪੜਲੇ ਮਤਲਬ ਡਿਜਾਸਟਰ ਹਜ਼ਾਰਡ ਵਗੈਰਾ ਉਹ ਆ ਜਾਗੀ। ਰੇਤਾ ਦਰਿਆ ਦਰਿਆ ਰੇਤਾ ਹੁਣ ਇਥੇ ਰੇਤਾ ਇਕਦਮ ਪਾਣੀ ਭਗਣ ਲੱਗ ਸਰਦਾ ਰਹੀ ਤੇ ਉੱਤੇ ਮਤਲਬ ਦਰਿਆ ਆ ਗਏ ਤਾਂ ਦਰਿਆ ਵਗਦੇ ਪਏ ਆ ਉੱਥੇ ਇੱਕਦਮ ਦਰਿਆ ਸੁੱਕ ਕੇ ਤਰੇਤਾ ਹੋ ਸਕਦੀ ਆ ਇਹ ਸਾਰੇ ਕੰਮ हे ਪਰਮਾਤਮਾ ਤੂੰ ਆਪਣੀ ਨੀਲਾ ਨਾਲ ਕਰ ਸਕਦਾ ਆ ਤੇ ਟਾਈਮ ਵੀ ਕਿੰਨਾ ਲਾਏਗਾ ਬਹੁਤ ਜਲਦੀ ਇੱਕ ਝਟਕੇ ਵਿੱਚ ਵਾ ਨਦਰ ਨਿਹਾਲ ਕਮਾਲ ਤੇਰਾ ਇਹ ਪਰਮਾਤਮਾ ਇਹ ਸਭ ਤੇਰਾ ਹੀ ਕਮਾਲ ਆ ਹਰ ਮੰਦਰ ਜਾਇ ਚੈ ਕਾ ਤੇਰਾ ਹਰ ਸੂਰਤ ਪਰ ਚਲਕਾਰ ਤੇਰਾ ਠੀਕ ਹੈ ਨਾ मंदिरों में जय जयकार हो रही है वह भी तेरी हो रही है तो हर जीव की सूरत आना उ तेरा ही आया, महकार तेरी श्रृंगार तेरा महकार इतने खुशबू ने कहा गया है खुशबू शिंगार ये भी तेरा ही है प्रताप तेरा इकबाल तेरा ठीक ते तो इस तरह ये सारा तेज प्रताप रोशनी है ना ये सब तेरी ही है तो असी इस गल का एक बार करते हैं तो यह सब कुछ की आ सृष्टि तेरी ही है ठीक है जी हाजली इन्ना ही रहते देने जी बाकी नैक्स क्लास में करते हैं शुक्रिया जी सत